ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਵੱਲੋਂ 16ਵਾਂ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਕਰਵਾਇਆ ਗਿਆ। ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਉਹਨਾਂ ਦਾ ਕੋਰਸ ਪੂਰਾ ਹੋਣ 'ਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਸਿਲਾਈ ਟੀਚਰ ਸਿਮਰਨ ਕੌਰ, ਮੁੱਖ ਮਹਿਮਾਨ ਪੰਜਾਬੀ ਸਿੰਗਰ ਅਮਨ ਗਹੀਰ, ਹਰਮੀਤ ਸਿੰਘ, ਨਰਿੰਦਰ ਸਿੰਘ ਜੱਬਲ, ਸੁਖਦੇਵ ਸਿੰਘ ਲੋਟੇ, ਸੁਭਾਸ਼ ਅਗਰਵਾਲ, ਚੇਤਨ ਅਗਰਵਾਲ, ਸੁਖਦੇਵ ਸਿੰਘ ਖਾਲਸਾ, ਸਰਬਜੀਤ ਸਿੰਘ, ਗੁਰਦੀਪ ਸਿੰਘ, ਜਸਕਰਨ ਸਿੰਘ, ਸਤਿੰਦਰਪਾਲ ਸਿੰਘ, ਜਗਜੀਤ ਸਿੰਘ, ਦੀਪ ਰੱਖੜਾ, ਪਵਨਦੀਪ ਸਿੰਘ, ਕਮਲਜੀਤ ਸਿੰਘ ਖਾਲਸਾ ਆਦਿ ਹਾਜ਼ਰ ਰਹੇ। ਅਮਨ ਗਹੀਰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਦੇ ਸਮਾਰੋਹ 'ਤੇ ਆਪਾਂ ਸਾਰੇ ਇਕੱਠੇ ਹੋਏ ਹਾਂ, ਜੋ ਕਿ ਬਹੁਤ ਹੀ ਵਧੀਆ ਉਪਰਾਲਾ ਕਰਦੇ ਨੇ। 6 ਸਿਲਾਈ ਸੈਂਟਰ ਚੱਲ ਰਹੇ ਨੇ ਇਹਨਾਂ ਦੇ, ਜਿੱਥੇ ਕਿ ਅੱਜ ਸਰਟੀਫਿਕੇਟ ਦਿੱਤੇ ਜਾਣਗੇ, ਅਤੇ 16ਵਾਂ ਰਾਸ਼ਨ ਵੰਡ ਸਮਾਰੋਹ ਹੈ। ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਆਪਣੀ ਜ਼ਰੂਰਤ ਪੂਰੀ ਕਰਨ ਲਈ ਹਰ ਕੋਈ ਉਪਰਾਲਾ ਕਰਦਾ, ਪਰ ਦੂਸਰਿਆਂ ਦੀ ਜ਼ਰੂਰਤ ਪੂਰੀ ਕਰਨਾ ਇਹਦਾ ਹੁਨਰ ਰੱਬ ਕਿਸੇ ਨੂੰ ਬਖਸ਼ਦਾ। ਸੋ ਮੇਰੇ ਵੱਲੋਂ ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਅੱਗੇ ਉਹ ਇੱਦਾਂ ਹੀ ਚੰਗੇ ਕੰਮ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਦੇ ਸਿਲਾਈ ਸੈਂਟਰ, ਅਸੀਂ ਸੇਵਾ ਕਰ ਰਹੇ ਹਾਂ ਜੀ। ਫ੍ਰੀ, ਜਿਹੜਾ ਵੀ ਇਸ ਸਿਲਾਈ ਸੈਂਟਰ ਵਿੱਚ ਹਿੱਸਾ ਲੈਣਾ ਚਾਹੁੰਦਾ ਉਹ ਲੈ ਸਕਦਾ ਹੈ। ਫ੍ਰੀ ਸੇਵਾ ਚੱਲਦੀ ਹੈ, ਆਲਮੋਸਟ ਕੋਸਟ 'ਤੇ 100 ਰੁਪੀਜ਼ ਚੱਲ ਰਹੀ ਹੈ ਸੇਵਾ। ਜਿਹਨੇ ਵੀ ਇਸ ਸਿਲਾਈ ਸੈਂਟਰ ਵਿੱਚ ਹਿੱਸਾ ਲੈਣਾ ਆ ਸਕਦਾ ਹੈ ਜੀ। ਥੈਂਕ ਯੂ, ਧੰਨਵਾਦ। ਅੱਜ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿਖੇ ਵਾਰਡ ਨੰਬਰ 38 ਹਲਕਾ ਆਤਮ ਨਗਰ ਵਿਖੇ 16ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜੋ ਕਿ ਇੱਥੇ ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ, ਸਾਰੇ ਟੀਮ ਮੈਂਬਰਾਂ ਵੱਲੋਂ। ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਇਨਸਾਨ ਆਪਣੀ ਆਪਣੀ ਰੋਟੀ ਕਮਾਉਣ ਵਿੱਚ ਲੱਗਾ ਹੋਇਆ ਹੈ, ਅਤੇ ਇਹ ਟੀਮ ਮੈਂਬਰ ਸਾਰੇ ਹੀ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਰਾਸ਼ਨ ਦਾ ਸਹਿਯੋਗ ਦੇਣ ਵਾਸਤੇ, ਲੋਕਾਂ ਦੀ ਰੋਟੀ ਪੱਕਦੀ ਕਰਨ ਕਰਕੇ ਇਹ ਸਾਰੀ ਟੀਮ ਮੈਂਬਰ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ, ਅਤੇ ਅਸੀਂ ਇਹਨਾਂ ਟੀਮ ਦੇ ਨਾਲ ਹਰ ਸਮੇਂ ਖੜ੍ਹੇ ਹਾਂ, ਅਤੇ ਅਸੀਂ ਇਹਨਾਂ ਦੀ ਬਹੁਤ ਹੀ ਸ਼ਲਾਘਾਯੋਗ ਧੰਨਵਾਦ ਕਰਦੇ ਹਾਂ, ਅਤੇ ਬਹੁਤ ਵਧੀਆ ਕੰਮ ਕਰ ਰਹੇ ਨੇ, ਧੰਨਵਾਦ। ਅੱਜ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਾਰਡ ਨੰਬਰ 38 'ਚ 16ਵਾਂ ਰਾਸ਼ਨ ਵੰਡ ਸਮਾਗਮ ਜੋ ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਜਿਵੇਂ ਭੋਲਾ ਜੀ ਨੇ ਕਿਹਾ ਕਿ ਆਪਣੇ ਵਾਸਤੇ ਤਾਂ ਹਰ ਕੋਈ ਕਰਦਾ, ਆਪਦੇ ਢਿੱਡ ਵਾਸਤੇ ਤਾਂ, ਕਿਸੇ ਦਾ ਢਿੱਡ ਭਰਨ ਵਾਸਤੇ ਤਾਂ ਕਰਨਾ, ਉਹ ਬਹੁਤ ਨਾਲੇ ਇਸ ਜ਼ਮਾਨੇ ਦੇ ਵਿੱਚ ਬਹੁਤ ਸ਼ਲਾਘਾਯੋਗ ਕਦਮ ਇਹਨਾਂ ਦਾ। ਵਾਹਿਗੁਰੂ ਇਹਨਾਂ ਨੂੰ ਇੱਦਾਂ ਹੀ ਗਾਂ ਸੇਵਾ ਕਰਨ ਦਾ ਬਲ ਬਖਸ਼ਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਦੇਵ ਸਿੰਘ, ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਦਾ। ਸਾਡੀ ਸੁਸਾਇਟੀ ਦਾ ਮੁੱਖ ਮਕਸਦ ਗਿਰੀ ਦਾ ਮੂੰਹ ਗੁਰੂ ਦੇ ਗੋਲਕ ਦੇ ਤਹਿਤ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਹੈ, ਜਿਸ ਦੇ ਤਹਿਤ ਇਸ ਵਾਰ ਲੜੀਵਾਰ 16ਵਾਂ ਰਾਸ਼ਨ ਵੰਡ ਪ੍ਰੋਗਰਾਮ ਹੈ। ਇਸ ਦੇ ਨਾਲ ਹੀ ਸੁਸਾਇਟੀ ਵੱਲੋਂ 6ਵਾਂ ਸਿਲਾਈ ਸੈਂਟਰ ਹੈ, ਉਹਦੀ ਕੁੜੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੀਪ ਸਿੰਘ, ਦਸ਼ਮੇਸ਼ ਪਿਤਾ ਵੈਲਫੇਅਰ ਸੁਸਾਇਟੀ ਤੋਂ। ਅੱਜ ਸਾਡੀ ਸੁਸਾਇਟੀ ਦਾ 16ਵਾਂ ਰਾਸ਼ਨ ਵੰਡ ਸਮਾਰੋਹ ਹੋ ਰਿਹਾ ਜੀ, ਜਿਸ ਵਿੱਚ 51 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਏਗਾ। ਇਸ ਦੇ ਨਾਲ ਹੀ ਸਾਡੇ ਸਿਲਾਈ ਸੈਂਟਰ ਦੀ ਸਮਾਪਤੀ ਹੈ ਅੱਜ, ਉਸ 'ਚ 25 ਕੁੜੀਆਂ ਨੂੰ ਸਰਟੀਫਿਕੇਟ ਦਿੱਤੇ ਜਾਣੇ ਹਨ। ਉਹਨਾਂ ਨੇ ਐਗਜੀਬਿਸ਼ਨ ਵੀ ਲਾਈ ਹੈ, ਜਿਨ੍ਹਾਂ ਦੇ ਕੋਰਸ ਪੂਰੇ ਹੋਏ, ਉਹਨਾਂ ਨੇ 6 ਮਹੀਨੇ ਦਾ ਕੋਰਸ ਕੀਤਾ ਹੈ। ਅਤੇ ਸਾਡੇ ਜੋ ਵੀ ਮਹਿਮਾਨ ਆਏ ਹਨ, ਹਰਬੀਰ ਸਿੰਘ ਭੋਲਾ ਜੀ, ਨਰਿੰਦਰ ਸਿੰਘ ਜੱਬਲ ਜੀ, ਸੁਖਦੇਵ ਸਿੰਘ ਲੋਟੇ ਜੀ ਅਤੇ ਅਮਨ ਗਹੀਰ ਜੀ, ਅਸੀਂ ਉਹਨਾਂ ਦਾ ਸੁਸਾਇਟੀ ਵੱਲੋਂ ਬਹੁਤ ਹੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਵਿੱਚ ਪਹੁੰਚ ਕੇ ਸਾਡਾ ਮਾਣ ਵਧਾਇਆ ਹੈ। ਅਸੀਂ ਆਸ ਕਰਦੇ ਹਾਂ ਕਿ ਸਾਨੂੰ ਪੂਰਾ ਸਹਿਯੋਗ ਦੇਣਗੇ ਅਤੇ ਸਾਡੇ ਨਾਲ ਖੜ੍ਹਨਗੇ, ਤਾਂ ਜੋ ਅਸੀਂ ਵੱਧ ਤੋਂ ਵੱਧ ਸੰਗਤਾਂ ਦੀ ਸੇਵਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।